ਅੱਜ ਮਰਿੰਡਾ ਅਨਾਜ ਮੰਡੀ ਵਿਖੇ ਕੈਬਨਿਟ ਮੰਤਰੀ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਸ੍ਰੀ ਲਾਲਚੰਦ ਕਟਾਰੂ ਚੱਕ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ 80-20 ਹਜ਼ਾਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਭਾਵੇਂ ਮੌਸਮ ਦੇ ਹਿਸਾਬ ਨਾਲ ਫਸਲਾਂ ਦੀ ਨਵੀਂ ਦੀ ਮਾਤਰਾ ਥੋੜੀ ਜ਼ਿਆਦਾ ਆ ਰਹੀ ਹੈ ਪਰ ਫਿਰ ਵੀ ਉਹ ਮੰਡੀ 'ਚੋਂ ਇੱਕ ਇੱਕ ਦਾਣਾ ਚੁੱਕਣਗੇ। ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਜਿੰਨਾ ਹੋ ਸਕੇ ਫਸਲਾਂ ਨੂੰ ਸੁਕਾ ਕੇ ਹੀ ਮੰਡੀ ਲਿਆਉਣ ਅੱਜ ਦੀ ਆਵਾਜ਼ ਲਈ ਕਰਾਲੀ ਤੋਂ ਜਗਦੇਵ ਸਿੰਘ ਦੀ ਰਿਪੋਰਟ ਜੀ ਮੈਂ ਜਿਵੇਂ ਦੱਸਿਆ ਕਿ ਅੱਜ ਇਸ ਵੇਲੇ ਮੋਰਿੰਡਾ ਮੰਡੀ ਦੇ ਅੰਦਰ ਜਿਲ੍ਹਾ ਰੋਪੜ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਖਰੜ ਮੰਡੀ 'ਚ ਜਾ ਕੇ ਆਇਆ ਮੁਹਾਲੀ ਦੇ ਅੰਦਰ ਸੋ ਲਗਾਤਾਰ ਜਿਹੜਾ ਪੈੜੀ ਦਾ ਸੀਜ਼ਨ ਆ ਪੀਕ ਵੱਲ ਜਾ ਰਿਹਾ ਹਰ ਰੋਜ਼ ਲੱਖਾਂ ਮੀਟਰ ਟਨ ਜਿਹੜਾ ਮੰਡੀਆਂ ਦੇ ਵਿੱਚ ਕਿਸਾਨ ਆਪਣਾ ਮਤਲਬ ਝੋਨਾ ਲੈ ਕੇ ਆ ਰਹੇ ਆ ਔਰ ਅਸੀਂ ਮਤਲਬ ਪਲਕਾਂ ਮਸਾ ਕੇ ਕਿਸਾਨਾਂ ਦਾ ਸਵਾਗਤ ਕਰ ਰਹੇ ਹਾਂ ਇੰਤਜ਼ਾਰ ਕਰ ਰਹੇ ਹਾਂ ਸਾਡੀ ਤਾਂ ਸਰਕਾਰ ਦੀ ਲਾਇਬਿਲਟੀ ਹੈ ਇੱਕ ਤਾਂ ਕਿਸਾਨ ਦਾ ਝੋਨਾ ਚੱਕਿਆ ਜਾਵੇ ਦੂਸਰਾ ਉਹਦੇ ਖਾਤੇ ਦੇ ਵਿੱਚ ਪ੍ਰੋਪਰ ਸਮੇਂ 'ਚ ਪੇਮੈਂਟ ਭਵੇ ਦੋਨਾਂ ਪੱਕਾ ਦੋ ਔਰ ਮੈਂ ਜਿਵੇਂ ਦੱਸਿਆ ਵੀ ਲਗਭਗ 3 ਲੱਖ ਮੀਟਰ ਟਨ ਜਿਹੜੀ ਆ ਉਹ ਰਾਈਵਲ ਮੰਡੀ 'ਚ ਆ ਗਈ ਹੈ ਔਰ 2.5 ਲੱਖ ਦੇ ਕਰੀਬ ਉਹ ਚੱਕੀ ਗਈ ਹੈ ਤੇ 350 ਕਰੋੜ ਰੁਪਏ ਦੇ ਕਰੀਬ ਜਿਹੜਾ ਕਿਸਾਨ ਦੇ ਖਾਤੇ ਚਲਾ ਗਿਆ ਸੋ ਲਗਾਤਾਰ ਅਸੀਂ ਮਸਤੈਦ ਹੈਗੇ ਆ ਮੰਡੀ ਦੇ ਅੰਦਰ ਕਿਸੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਹ ਸਾਡਾ ਯਤਨ ਹੈਗਾ ਆ ਕਿਸਾਨ ਦਾ ਕਲਕਲ ਦਾਣ ਚੱਕਾਂ ਸਰ ਜਿਹੜੀ ਹੈ ਜਿਹੜੀ ਫਸਲ ਖਰਾਬ ਹੋਈ ਹੈ ਬਹੁਤ ਜ਼ਿਆਦਾ ਜ਼ਰੂਰੀ ਲਈ ਕਿਸਾਨ ਕਰ ਰਹੇ ਆ ਉਹਦੇ ਬਾਰੇ ਕੀ ਕੰਮ ਹੈ ਗਦੌਰੀ ਮਤਲਬ ਚੱਲ ਰਹੀ ਹੈ ਜੀ ਲਗਾਤਾਰ ਉਹ ਆਪਣਾ ਪ੍ਰੋਸੈਸ ਕੰਪਲੀਟ ਕਰਦੇ ਆ ਔਰ ਜਦੋਂ ਹੋ ਜਾਂਦਾ ਬਾਕੀ ਮੁੱਖ ਮੰਤਰੀ ਦਾ ਅਧਾਰ ਖੇਤਰ ਔਰ ਜੋ ਵੀ ਬੈਟਰ ਹੋਊਗਾ ਪੰਜਾਬ ਦੇ ਕਿਸਾਨਾਂ ਵਾਲੀ ਮੌਜੂਦ ਦੇ ਰੂਪ ਚ ਚਲਾਨ ਕਰਨਗੇ ਸਰ ਲਿਫਟਿੰਗ ਨੂੰ ਲੈ ਕੇ ਜਿਹੜੀ ਗੱਲ ਹੈਗੀ ਹੈ ਕਿ ਲਿਫਟਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਬਾਰੇ ਕੀ ਅਪਡੇਟ ਹੈ ਲਿਫਟਿੰਗ ਲਈ ਸੂਟ ਦੇ ਦਿੱਤੀ ਹੈ ਹੁਣ ਤਾਂ ਟਰਾਲੀਆਂ ਦੀ ਵੀ ਅਲਾਉਟ ਕਰ ਦਿੱਤਾ ਅਸੀਂ ਸੋ ਲਿਫਟਿੰਗ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਲਗਭਗ ਮੇਰੇ ਖਿਆਲ ਅੱਠ ਲੱਖ ਮੀਟਰ ਟਨ ਜਿਹੜੀ ਆ ਉਹ 8000 ਬੀਟ ਟਾਰ ਜਿਹੜਾ ਪੰਜਾਬ ਚੱਕਿਆ ਗਿਆ ਬਹੁਤ ਜਲਦੀ ਹੋਰ ਤੇਜ਼ੀ ਆ ਰਹੀ ਹੈ ਲਿਫਟਿੰਗ ਪ੍ਰੋਪਰ ਕਰਾਂਗੇ ਅਸੀਂ ਸਿਰਕੇ ਲੱਗਦੇ ਕੁਐਸਚਨ ਕਰ ਲੈਂਦੇ ਆ ਜਿਵੇਂ ਹੁਣ ਤਿਹਾਰਾਂ ਦਾ ਜਿਹੜਾ ਹੈਗਾ ਅਗੇ ਸੀਜ਼ਨ ਹੈਗਾ ਤਿਹਾਰ ਆ ਰਹੀਆਂ ਇਹਦੇ ਵਿੱਚ ਜਿਹੜੀ ਹੈਗੀ ਆ ਫੂਡਿੰਗ ਨੂੰ ਲੈ ਕੇ ਕੀ ਉਪਰਾਲੇ ਹੋਏ ਕਿਤੇ ਜਾਣਗੇ ਕਿ ਕੋਈ ਸਿੰਥੈਟਿਕ ਜਾਂ ਨਕਲੀ ਜਿਹੜਾ ਫੂਡ ਹੈ ਉਹਨੂੰ ਨਾ ਮਾਰਕੀਟ ਚ ਆ ਜਾਵੇ ਵੈਸੇ ਮੇਰੇ ਮਤਰਾਲੇ ਦੇ ਅਧੀਨ ਨਹੀਂ ਹੁੰਦਾ ਲੇਕਿਨ ਸਾਡੀ ਸਰਕਾਰ ਦਾ ਯਤਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਖਾਣ ਪਾਣ ਮਿਲੇ ਇਹਦੇ ਲਈ ਅਸੀਂ ਮਸਤਿਆਦ ਹੈਗੇ ਆ ਜਿੱਥੇ ਕਿਤੇ ਵੀ ਲੋੜ ਪਾਉਗੀ ਛਾਪੇ ਵੀ ਮਾਰਾਂਗੇ ਔਰ ਐਸੇ ਲੋਕਾਂ ਨੂੰ ਅਸੀਂ ਪੀਲ ਵੀ ਕਰਨੀ ਚਾਹੁੰਦੇ ਆ ਸਰਕਾਰਾਂ ਬਦਲ ਗਈਆਂ ਮੌਸਮ ਬਦਲ ਗਏ ਹੁਣ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਸਾਰੇ ਰਲ ਮਿਲ ਕੇ ਅਸੀਂ ਹੰਬਲਾ ਮਾਰੀਏ ਕੋਸ਼ਿਸ਼ ਕਰੀਏ ਵੀ ਚੰਗੀਆਂ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ ਪ੍ਰੋਵਾਈਡ ਕਰਾਈਏ ਸਾਡੀ ਸਰਕਾਰ ਦਾ ਜਿਹੜਾ ਆ ਕੰਟੈਂਟ ਵੀ ਹੈਗਾ ਔਰ ਸਰਕਾਰ ਇਹਦੇ ਤੇ ਕੰਮ ਵੀ ਕਰ ਰਹੀ ਹੈ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰੋ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ Instagram ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅ즈 ਦੀ ਆਵਾਜ਼ ਦਾ ਈ-ਪੇਪਰ ਐਡੀਸ਼ਨ ਪੜਨ ਲਈ ਸਾਡੀ ਵੈੱਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਪਾ ਅਤੇ ਪਿਛੜਿਆਂ ਦਾ ਇੱਕੋ ਇੱਕ ਪਰੋਸੇਮਾਨ ਨਿਊਜ਼ ਚੈਨਲ ਅ즈 ਦੀ ਆਵਾਜ਼ ਰੋਜ਼ਾਨਾ ਅ즈 ਦੀ ਆਵਾਜ਼ ਪੰਜਾਬ ਦੀ ਪਰੋਸੇਮਾਨ ਅਖਬਾਰ